ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ। ਅਹਿਮ ਖਬਰ ਜਿਹੜੀ ਪਿਛਲੇ ਦਿਨਾਂ ਤੋਂ ਚੱਲਦੀ ਆ ਰਹੀ ਹੈ ਕਿ ਜਿਹੜੀਆਂ ਸਰਕਾਰੀ ਹਸਪਤਾਲਾਂ ਦੀਆਂ OPD ਹੈਗੀਆਂ ਨੇ ਉਹ ਜੇ ਗੱਲ ਕਰਾਂ ਮੈਂ ਕੱਲ੍ਹ ਦੀ ਗੱਲ ਕਰਾਂ ਤਾਂ 3 ਘੰਟੇ ਵਾਸਤੇ ਬੰਦ ਕੀਤੀਆਂ ਗਈਆਂ, ਸਵੇਰੇ 8 ਤੋਂ ਲੈ ਕੇ 11 ਵਜੇ ਤੱਕ। ਪਰ ਮੀਟਿੰਗ ਸੀਗੀ ਕੱਲ੍ਹ ਇੱਕ, ਉਹ ਬੇਸਿੱਟਾ ਰਹੀ ਆ, ਜੋ ਇਹਨਾਂ ਨੇ ਕਿਹਾ ਸੀਗਾ ਡਾਕਟਰਾਂ ਨੇ ਕਿ ਸਾਨੂੰ ਲਿਖਤੀ ਤੌਰ 'ਤੇ ਡਾਕੂਮੈਂਟ ਜਿਹੜੇ ਹੈਗੇ ਉਹ ਦਿੱਤੇ ਜਾਣ, ਉਹ ਲਿਖਤੀ ਤੌਰ 'ਤੇ ਉਹਨਾਂ ਨੂੰ ਨਹੀਂ ਮਿਲੇ ਅਤੇ OPD ਦਾ ਜਿਹੜਾ ਸਮਾਂ ਹੈ ਉਹ ਵਧਾ ਦਿੱਤਾ। ਸਵੇਰੇ 8 ਵਜੇ ਤੋਂ ਲੈ ਕੇ ਹੁਣ 2 ਵਜੇ ਤੱਕ ਜਿਹੜੀਆਂ OPD ਹੈਗੀਆਂ ਉਹ ਬੰਦ ਰਹਿਣਗੀਆਂ। ਡਾਕਟਰ ਜਿਹੜੇ ਹੈਗੇ ਨੇ ਉਹ ਲਗਾਤਾਰ ਸਟ੍ਰਾਈਕ 'ਤੇ ਬੈਠੇ ਨੇ ਪਿਛਲੇ 3 ਦਿਨਾਂ ਤੋਂ, ਅੱਜ 4ਥਾ ਦਿਨ ਸਟਾਰਟ ਹੋ ਚੁੱਕਾ ਹੈ ਔਰ OPD ਬੰਦ ਹੈਗੇ। ਹਾਲਾਂਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ ਹੈਗੀਆਂ ਉਹ ਜ਼ਰੂਰ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਪਰ ਜਿਹੜੇ OPD ਸਰਵਿਸਿਜ਼ ਹੈਗੀਆਂ ਉਹ ਡਾਕਟਰਾਂ ਵੱਲੋਂ ਤਮਾਮ ਬੰਦ ਕਰ ਦਿੱਤੀਆਂ ਕਿ ਡਾਕਟਰ ਸਾਹਿਬ ਨਾਲ ਹੈਗੇ ਨੇ ਗੱਲਬਾਤ ਕਰਦੇ। ਸਰ ਇੱਕ ਗੱਲ ਕਹੀ ਗਈ ਸੀ ਕਿ 8 ਘੰਟੇ ਬੰਦ ਰੱਖੀ ਜਾਏਗੀ ਅਤੇ ਇੱਕ ਮੀਟਿੰਗ ਰੱਖੀ ਗਈ ਸੀ ਬੀਤੇ ਕੱਲ੍ਹ ਤੁਹਾਡੀ, ਉਹਦੇ ਵਿੱਚ ਕੋਈ ਸਿੱਟਾ ਨਿਕਲਿਆ ਜਾਂ ਨਹੀਂ ਨਿਕਲਿਆ? ਦੇਖੋ ਜੀ, ਸਰਕਾਰ ਦੀ ਪਹਿਲੇ ਤਾਂ ਮਿਹਰਬਾਨੀ, ਉਹਨਾਂ ਨੇ ਸਾਨੂੰ ਬੁਲਾਇਆ ਪਰ ਬੁਲਾ ਕੇ ਮਿੱਠੀ ਗੋਲੀ ਦੇ ਕੇ ਭੇਜਤਾ। ਕੁਛ ਇੱਦਾਂ ਦਾ ਕੰਕਰੀਟ ਐਵੀਡੈਂਸ ਨੇ ਦਿੱਤਾ ਕਿ ਆਹ ਲੈਟਰ ਇਸ਼ੂ ਹੋ ਗਈ ਸੈਕਟਰੀ ਵੱਲੋਂ, ਉਹਨਾਂ ਨੇ ਸਿੰਪਲ ਸਾਡੇ ਨਾਲ 2 ਘੰਟੇ ਮੀਟਿੰਗ ਕੀਤੀ। ਉਸ ਤੋਂ ਬਾਅਦ ਕਿਹਾ ਕਿ ਤੁਸੀਂ ਡਾਇਰੈਕਟਰ ਆਫਿਸ ਚਲ ਜਾਓ, ਤੁਹਾਨੂੰ ਲੈਟਰ ਇਸ਼ੂ ਹੋ ਜਾਂਦੀ। ਡਾਇਰੈਕਟਰ ਆਫਿਸ ਜਾ ਕੇ ਲੈਟਰ ਇਸ਼ੂ ਹੋਣ ਦਾ ਕੋਈ ਬਹੁਤਾ ਪਰਪਸ ਹੱਲ ਨਹੀਂ ਹੁੰਦਾ, ਕਿਉਂਕਿ ਜਦੋਂ ਤੱਕ ਫਾਈਨੈਂਸ ਡਿਪਾਰਟਮੈਂਟ, ਤੁਹਾਨੂੰ ਵੀ ਪਤਾ, ਜਦੋਂ ਤੱਕ ਫਾਈਨੈਂਸ ਡਿਪਾਰਟਮੈਂਟ ਯੈਸ ਨਹੀਂ ਕਰਦਾ ਉਦੋਂ ਤੱਕ ਕਿਸੇ ਚੀਜ਼ ਦੇ ਉੱਤੇ ਯੈਸ ਨਹੀਂ ਹੋਣੀ। ਅਤੇ ਸਾਨੂੰ ਲੈਟਰ ਵੀ ਉਹਨਾਂ 4 ਘੰਟੇ ਵੇਟ ਕਰਾ ਕੇ ਉਸ ਤੋਂ ਬਾਅਦ ਡਾਇਰੈਕਟਰ ਆਫਿਸ ਦੇ 'ਚੋਂ ਦਿੱਤੀ, ਅਤੇ ਜਿਹੜਾ ਕਿ ਬੜਾ ਗਲਤ ਗੱਲ ਹੈ ਕਿ ਸਾਰੇ ਗਜ਼ਟਿਡ ਆਫਿਸਰਸ ਬੈਠੇ ਹੋਣ ਅਤੇ ਉਹਨਾਂ ਨੇ ਕੋਈ ਨਤੀਜੇ ਦੇ ਉੱਤੇ ਕੱਲ੍ਹ ਦੀ ਕੋਈ ਗੱਲ ਨਹੀਂ ਪੁੱਜੀ। ਅਗਲੇ ਰਾਊਂਡ ਲਈ ਇਹਨਾਂ 19 ਤਰੀਕ ਨੂੰ ਸਾਨੂੰ ਬੁਲਾਇਆ, ਜਿਹਦੇ 'ਚ ਆਪਾਂ ਫਿਰ ਜਾਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਕਿਸੇ ਡਿਸੀਜਨ ਦੇ ਉੱਤੇ ਪਹੁੰਚੀਏ ਤਾਂ ਜੋ ਕਿ ਜਿਹੜੇ ਲੋੜਵੰਦ ਮਰੀਜ਼ ਹੈ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਅਤੇ ਹੁਣ ਕਿੰਨਾ ਸਮਾਂ ਹੋਰ ਬੰਦ ਰੱਖੀਆਂ ਜਾਣਗੀਆਂ OPD? ਇਨਡੈਫੀਨੇਟ ਕਾਲ ਆ ਜੀ, ਠੀਕ ਹੈ ਜੀ। ਬਾਕੀ ਡਾਇਰੈਕਟਰ ਸਾਹਿਬ ਦੀ VC ਚੱਲ ਰਹੀ ਆ ਸਾਡੇ CS ਮੈਡਮ ਦੇ ਨਾਲ, ਸਾਡੇ ਵੱਲੋਂ ਤਾਂ ਹਾਲ ਹੀ ਆ। ਆਪਾਂ ਤਾਂ ਨਵੀਂ ਡਿਮਾਂਡ ਕੋਈ ਰੱਖੀ ਨਹੀਂ ਆ, ਕੋਈ ਨਵੀਂ ਡਿਮਾਂਡ, ਹਰ ਬੰਦੇ ਨੂੰ ਪਤਾ ਕੋਈ ਨਵੀਂ ਡਿਮਾਂਡ ਨਹੀਂ, ਸਿਰਫ ਉਹ ਡਿਮਾਂਡ ਆ ਜਿਹੜੀਆਂ ਪੁਰਾਣੀਆਂ ਡਿਮਾਂਡਾਂ ਇਹਨਾਂ ਨੇ ਕੱਟੀਆਂ ਹੋਈਆਂ, ਉਹੀ ਚੀਜ਼ ਦੀ ਡਿਮਾਂਡ ਆ ਸਾਡੀ। 4 ਚੀਜ਼ਾਂ ਜਿਹੜੀਆਂ ਸਾਡੀਆਂ ਮੇਨ ਏਜੰਡੇ 'ਤੇ ਨੇ ਕਿ ਨਵੇਂ ਡਾਕਟਰ ਭਰਤੀ ਕਰੋ, ਜੇ ਭਰਤੀ ਹੋ ਜਾਂਦੇ ਉਹਨਾਂ ਨੂੰ ਰਿਟੇਨ ਕਰੋ ਤਾਂ ਕਿ ਉਹ ਆਪਣੀ ਡਿਊਟੀ ਜਿਹੜੀ ਤਨਦੇਹੀ ਨਾਲ ਨਿਭਾ ਸਕਣ। ਉਸ ਤੋਂ ਬਾਅਦ ਉਹਨਾਂ ਦੀ ਸਿਕਿਉਰਟੀ ਦਾ ਇਸ਼ੂ ਆ ਜਾਂਦਾ ਕਿ ਉਹਨਾਂ ਸਿਕਿਉਰ ਕਿੱਦਾਂ। ਕੋਲਕਾਤਾ ਜੋ ਹੋਇਆ, ਪੰਜਾਬ ਦੇ ਪਿਛਲੇ 1 ਹਫ਼ਤੇ ਦੇ 5 ਇੰਸੀਡੈਂਟਸ ਨੇ ਕਿ ਡਾਕਟਰ ਦੇ ਨਾਲ ਕੁੱਟਮਾਰ ਹੋਈ, ਠੀਕ ਹੈ। ਉਸ ਤੋਂ ਬਾਅਦ 4ਥਾ ਪੁਆਇੰਟ ਹੈਗਾ ACPs ਦਾ, ਕਿ ਪ੍ਰਮੋਸ਼ਨ ਹੈ ਜਿਹੜੀ 4, 9, 14 ਦੇ ਹਿਸਾਬ ਦੇ ਨਾਲ ਮਿਲਣੀ ਚਾਹੀਦੀ, ਉਹਦੇ ਇੰਕਰੀਮੈਂਟ ਜਿਹੜੇ ਬਣਦੇ ਉਹ ਦਿੱਤੇ ਜਾਣ। ਹਾਂਜੀ, ਬਾਕੀ ਫੁਟਕਲ ਡਿਮਾਂਡਸ ਹੈਗੀਆਂ, ਹੋਰ ਡਿਮਾਂਡਸ ਹੈਗੀਆਂ ਜਿਹੜੀਆਂ ਵੇਟ ਕਰ ਸਕਦੀਆਂ ਨੇ ਜਾਂ ਜਿਹੜੀਆਂ ਆਪਾਂ ਬਾਅਦ ਵਿੱਚ ਮੰਗ ਸਕਦੇ ਹਾਂ ਕੰਟੀਨਿਊ, ਬਟ ਇਸ ਵੇਲੇ ਪ੍ਰਾਇਰਟੀ ਦੇ ਉੱਤੇ 4 ਨੇ। ਤਾਂ ਬਿਲਕੁਲ ਇਸ ਵੇਲੇ ਜਿਹੜੀਆਂ 4 ਡਿਮਾਂਡਸ ਹੈਗੀਆਂ ਨੇ ਉਹਨਾਂ ਨੂੰ ਲੈ ਕੇ ਹੀ ਹੜਤਾਲ ਜਿਹੜੀ ਆ ਉਹ ਚੱਲਦੀ ਪਈ ਹੈ। ਔਰ ਜਿਹੜੀ ਬੀਤੇ ਕੱਲ੍ਹ ਮੀਟਿੰਗ ਰੱਖੀ ਗਈ ਸੀਗੀ ਉਹ ਬੇਸਿੱਟਾ ਰਹੀ, ਜਿਹਦੇ ਕਰਕੇ ਹੜਤਾਲ ਨੂੰ ਕੰਟੀਨਿਊ ਕੀਤਾ ਗਿਆ ਔਰ ਹੜਤਾਲ ਜਿਹੜੀ ਹੈਗੀ ਆ ਉਹ ਵਧਾਤੀ ਗਈ ਆ। ਹੁਣ ਜਿਹੜੀ 3 ਘੰਟੇ OPD ਬੰਦ ਹੁੰਦੀ ਸੀਗੀ, ਹੁਣ ਸਰਕਾਰੀ ਹੋਸਪਿਟਲਾਂ ਦੀਆਂ OPD ਜਿਹੜੀਆਂ ਹੈਗੀਆਂ ਉਹ ਜ਼ਿਆਦਾ ਸਮਾਂ, ਜਾਣੀ ਕਹਿ ਲਓ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹਿਣਗੀਆਂ। ਔਰ ਹਾਲੇ ਵੀ ਜਿਹੜੇ ਇਹਨਾਂ ਦੇ ਡਾਇਰੈਕਟਰ ਹੈਗੇ ਆ ਉਹਨਾਂ ਦੀ ਮੀਟਿੰਗ ਜਿਹੜੀ VC ਰਾਹੀਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਚੱਲ ਰਹੀ ਹੈ। ਹੋ ਸਕਦਾ ਕਿ ਜਲਦ ਤੋਂ ਜਲਦ ਇਸ ਹੜਤਾਲ ਦਾ ਕੋਈ ਹੱਲ ਨਿਕਲੇ, ਡਾਕਟਰ ਆਪਣੀਆਂ ਚੇਅਰਸ 'ਤੇ ਜਾ ਕੇ ਬੈਠਣ ਅਤੇ ਜਿਹੜੇ ਲੋੜਵੰਦ ਮਰੀਜ਼ ਹੈਗੇ ਨੇ ਉਹਨਾਂ ਦਾ ਇਲਾਜ ਜਲਦ ਤੋਂ ਜਲਦ ਹੋ ਸਕੇ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ TV, ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।